ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸਾਲਾ ਬਜ਼ੁਰਗ ਨੂੰ ਬੇਪਤ ਕਰਨ ਵਾਲਾ ਉਸਦਾ ਦਿਓਰ ਅਤੇ ਉਸਦੇ ਸਾਥੀ ਜਿਨ੍ਹਾਂ ਨੂੰ ਸ਼ਰਮ ਨਾ ਆਈ ਇੱਕ ਮਾਤਾ ਨੂੰ ਨਗਨ ਕਰਕੇ ਉਸਦੇ ਕਕਾਰ ਅਗਨ ਭੇਟ ਕਰਦਿਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, 60-70 ਸਾਲਾ ਬਜ਼ੁਰਗ ਔਰਤ ਦੀ ਕੀਤੀ ਗਈ ਕੁੱਟਮਾਰ ਅਤੇ ਇਸ ਅਮਰਧਾਰੀ ਮਾਤਾ ਨੂੰ ਨਗਨ ਕਰਕੇ ਉਸਦੇ ਕਕਾਰ ਤੱਕ ਸਾੜਨ ਵਾਲਾ ਦੋਸ਼ੀ ਕੋਈ ਹੋਰ ਨਹੀਂ ਸੀ, ਉਸਦਾ ਆਪਣਾ ਹੀ ਸਗਾ ਦਿਓਰ ਸੀ। ਇਹ ਘਟਨਾ ਮੋਗਾ ਜ਼ਿਲ੍ਹਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਮਾਣੂ ਕੇ ਗਿੱਲ ਦੀ ਹੈ, ਜਿੱਥੇ ਇਹ ਘਟਨਾ 17-18 ਦਿਨ ਪਹਿਲਾਂ ਵਾਪਰੀ ਸੀ, ਜਿੱਥੇ ਇਸ ਬਜ਼ੁਰਗ ਮਾਤਾ ਨੂੰ ਉਸਦੇ ਹੀ ਦਿਓਰ ਅਤੇ ਉਸਦੇ 7-8 ਦੋਸਤਾਂ ਵੱਲੋਂ ਮਿਲ ਕੇ ਮਾਰਕੁੱਟ ਕੀਤੀ ਗਈ। ਉਸਦੇ ਕਕਾਰ ਲਾ ਕੇ ਅਗਨ ਭੇਟ ਕਰ ਦਿੱਤੇ ਗਏ, ਕੱਪੜੇ ਤੱਕ ਪਾੜੇ ਗਏ, ਕਸ਼ਹਿਰਾ ਤੱਕ ਲਾ ਦਿੱਤਾ ਗਿਆ। ਮੁਕਤਸਰ ਵਿੱਚ ਹੋਈ ਬੀਬੀ ਦੀ ਕੁੱਟਮਾਰ ਦੀ ਵੀਡੀਓ ਬਣ ਕੇ ਤਾਂ ਵਾਇਰਲ ਹੋ ਗਈ, ਪਰ ਇਸ ਮਾਤਾ ਦੇ ਨਾਲ ਜੋ ਕੁਝ ਵਾਪਰਿਆ ਸੀ, ਜੇਕਰ ਉਹ ਤੁਸੀਂ ਅੱਖੀਂ ਵੇਖਦੇ ਤਾਂ ਅੱਖਾਂ ਦੇ ਵਿੱਚੋਂ ਸ਼ਾਇਦ ਖੂਨ ਦੇ ਹੰਝੂ ਡਿੱਗਦੇ ਤੇ ਆਤਮਾ ਤੁਹਾਡੀ ਤਾਹਾਂ ਮਾਰ ਮਾਰ ਰੋ ਪੈਂਦੀ ਕਿ ਆਖਿਰ ਪੰਜਾਬ ਨੂੰ ਹੋ ਕੀ ਗਿਆ ਹੈ, ਕਿਉਂ ਅਸੀਂ ਰਿਸ਼ਤੇ ਅੱਜ ਤਾਰ ਤਾਰ ਕਰ ਦਿੱਤੇ ਨੇ ਜ਼ਮੀਨਾਂ ਦੇ ਟੁਕੜਿਆਂ ਖਾਤਰ, ਚਾਰ ਪੈਸਿਆਂ ਖਾਤਰ। ਇਸ ਮਾਮਲੇ ਬਾਰੇ ਜਿੱਦਾਂ ਹੀ ਪੁਲਿਸ ਨੂੰ ਜਾਣਕਾਰੀ ਲੱਗੀ, 7-8 ਨੌਜਵਾਨਾਂ ਦੇ ਖਿਲਾਫ ਉਹਨਾਂ ਨੂੰ ਨਾਮਜ਼ਦ ਕਰ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ 4 ਦੀ ਗ੍ਰਿਫਤਾਰੀ ਵੀ ਕੀਤੀ, ਜਦਕਿ ਬਾਕੀ ਹੱਲੇ ਤੱਕ ਪੁਲਿਸ ਦੀ ਪਕੜ ਵਿੱਚ ਨਹੀਂ ਆਏ, ਉਹ ਅਜੇ ਤੱਕ ਫਰਾਰ ਚੱਲ ਰਹੇ ਨੇ। ਜਿਸ ਤੋਂ ਨਾਰਾਜ਼ ਹੋਈਆਂ ਸਿੱਖ ਜਥੇਬੰਦੀਆਂ ਵੱਲੋਂ ਪੀੜਿਤ ਮਾਤਾ ਨੂੰ ਨਾਲ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਬਾਕੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਧਾਰਾ 295A ਦੇ ਤਹਿਤ ਪਰਚੇ ਦਰਜ ਕੀਤੇ ਜਾਣ ਇਹਨਾਂ ਸਾਰੇ ਮੁਲਜ਼ਮਾਂ ਖਿਲਾਫ। ਪਿੰਡ ਵਾਲਿਆਂ ਨੇ ਪੁਲਿਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਅਗਰ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਧਾਰਾ 295A ਦੇ ਤਹਿਤ ਕਾਰਵਾਈ ਨਾ ਕੀਤੀ ਤਾਂ ਅੱਜ ਉਹਨਾਂ ਦੇ ਥਾਣਾ ਨਿਹਾਲ ਸਿੰਘ ਵਾਲਾ ਦਾ ਘੇਰਾਵ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੋਗੇ ਦੀਆਂ ਸੜਕਾਂ ਜਾਮ ਕਰਨਗੇ, ਥਾਂ ਥਾਂ ਤੇ ਰੋਸ ਮਜ਼ਾਰੇ ਕੀਤੇ ਜਾਣਗੇ। ਮੇਰਾ ਨਾਮ ਮੱਖਣ ਸਿੰਘ। ਮੱਖਣ ਸਿੰਘ ਜੀ, ਇਹ ਧਰਨਾ ਦਿੱਤਾ ਗਿਆ, ਕਿਉਂ ਦਿੱਤਾ ਗਿਆ ਔਰ ਕਿਹਦੇ ਵੱਲੋਂ ਧਰਨਾ ਦਿੱਤਾ ਗਿਆ ਜੀ? ਇਹ ਪਹਿਲਾਂ ਤਾਂ ਜੀ ਸੰਗਤ ਆ ਮਾਣੂਕੇ ਪਿੰਡ ਤੋਂ ਤੇ ਨਾਲ ਪਿੰਡਾਂ ਦੇ ਸਿੰਘ ਆਏ ਨੇ, ਸਤਿਕਾਰ ਕਮੇਟੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਬਣੀ ਜੀ ਦੀ ਅਗਵਾਈ ਭਾਈ ਸੁਰਜੀਤ ਸਿੰਘ ਕੋਸੇ ਕਰਦੇ ਨੇ, ਉਹਨਾਂ ਵੱਲੋਂ ਅਸੀਂ ਆਏ ਹੋਏ ਹਾਂ। ਸੋ ਇਹ 1 ਜੂਨ ਦੀ ਘਟਨਾ ਜੀ, ਜਿਹੜੇ ਮਾਤਾ ਜੀ ਮੰਜੇ 'ਤੇ ਪਏ ਨੇ, ਇਸ ਮਾਤਾ ਜੀ ਨੂੰ ਕੁੱਟਿਆ ਗਿਆ, ਇਹਨਾਂ ਦੇ ਕਕਾਰ ਲਾਏ ਗਏ ਔਰ ਕਕਾਰ ਲਾਉਣ ਤੋਂ ਬਾਅਦ ਇਹਨਾਂ ਨੂੰ ਨਗਨ ਕਰਕੇ ਉੱਥੇ ਜਿਹੜੇ ਇਹਨਾਂ ਦੇ ਕਕਾਰ ਸੀ ਉਹ ਅੱਗ ਵਿੱਚ ਮਚਾ ਦਿੱਤੇ ਗਏ। ਉਸ ਤੋਂ ਬਾਅਦ ਲਗਾਤਾਰ ਸਾਡਾ ਪ੍ਰਸ਼ਾਸਨ ਨਾਲ ਰਾਬਤਾ ਰਿਹਾ, ਅਸੀਂ ਆ ਕੇ ਇਹਨਾਂ ਕੋਲ ਇਹਨਾਂ ਨਾਲ ਗੱਲਬਾਤ ਵੀ ਕਰਦੇ ਰਹੇ, ਸਾਨੂੰ ਇੱਕੋ ਹੀ ਭਰੋਸਾ ਦਿੰਦੇ ਰਹੇ ਕਿ ਜੀ ਦੋਸ਼ੀਆਂ 'ਤੇ ਪਰਚਾ ਹੋ ਚੁੱਕਿਆ, ਅਸੀਂ ਕਾਰਵਾਈ ਕਰਾਂਗੇ। ਉਹਨਾਂ 'ਚੋਂ 4 ਦੋਸ਼ੀ ਅਰੈਸਟ ਵੀ ਹੋਏ, ਉਹਨਾਂ 4 ਤੋਂ ਬਾਅਦ 8 ਅਸਲ ਵਿੱਚ ਨੋਮੀਨੇਟ ਨੇ ਇਸ ਪਰਚੇ ਦੇ ਵਿੱਚ, ਜਿਹੜੇ 4 ਨੇ ਉਹ ਅੱਜ ਵੀ ਖੁੱਲ੍ਹੇ ਘੁੰਮਦੇ। ਸੋ ਸਾਡੀ ਅਸੀਂ ਅੱਜ ਵੀ ਇਹਨਾਂ ਤੋਂ ਮੰਗ ਰੱਖੀ ਹੈ ਕਿ ਇੱਕ ਤਾਂ 295A ਜਿਹੜੀ ਧਾਰਾ ਉਹ ਵਾਧਾ ਕੀਤਾ ਜਾਵੇ ਔਰ ਨਾਲ ਹੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ। ਤੁਸੀਂ ਅੱਜ ਥਾਣੇ ਦਾ ਘਰਾਓ ਕੀਤਾ, ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਗਿਆ ਜੀ? ਹਾਂਜੀ ਬਿਲਕੁਲ ਕੀਤਾ ਗਿਆ ਜੀ, ਥਾਣੇ ਦੇ SHO ਸਾਹਿਬ ਅਤੇ ਇੱਥੋਂ ਦੇ DC ਸਾਹਿਬ ਆ ਕੇ ਸਾਡੇ ਨਾਲ ਰਾਬਤਾ ਕਾਇਮ ਕਰਕੇ ਗਏ ਨੇ। ਸੋ ਦੇਖਦੇ ਹਾਂ ਜੀ ਕੀ ਹੁੰਦਾ, ਅਜੇ ਤੱਕ ਤਾਂ ਫਿਲਹਾਲ ਇੱਕ ਭਰੋਸਾ ਹੈ ਕਿ ਕਰਾਂਗੇ ਪਰ ਜਿੰਨੀ ਦੇਰ ਤੱਕ ਨਹੀਂ ਕਰਦੇ
ਉਨੀ ਦੇਰ ਤੱਕ ਸਾਡਾ ਧਰਨਾ ਜਿਹੜਾ ਉਹ ਜਾਰੀ। ਜੇ ਤੁਹਾਡੀ ਮੰਗ ਅਜੇ ਨਹੀਂ ਪੂਰੀ ਹੁੰਦੀ ਤਾਂ ਅਗਲਾ ਤੁਹਾਡੇ ਵੱਲੋਂ ਸਟੈਪ ਕੀ ਰਹੇਗਾ ਜੀ? ਦੇਖੋ ਜੀ, ਅਸੀਂ ਇੱਥੇ ਧਰਨਾ ਲਾਇਆ, ਉਹ ਇਸੇ ਲਈ ਲਾਇਆ ਕਿ ਸਾਨੂੰ ਇਨਸਾਫ ਮਿਲੇ, ਔਰ ਜਿੰਨੀ ਦੇਰ ਤੱਕ ਨਹੀਂ ਮਿਲਦਾ ਉਨੀ ਦੇਰ ਤੱਕ ਅਸੀਂ ਇੱਥੇ ਰਹਾਂਗੇ। ਸਾਡੇ ਅਗਲੇ ਸਟੈਪ ਹੈਗੇ ਆ ਜੀ। ਤੁਹਾਡਾ? ਨਹਿਰ ਸਿੰਘ ਜੀ। ਨਹਿਰ ਸਿੰਘ ਜੀ, ਧਰਨਾ ਦਿੱਤਾ, ਕਿਉਂ ਦਿੱਤਾ ਗਿਆ ਧਰਨਾ ਔਰ ਕਿਹਦੇ ਵੱਲੋਂ ਧਰਨਾ ਜੀ ਇਹ? ਜੀ, ਨਗਰ ਨਿਵਾਸੀ ਪਿੰਡ ਮਾਨਕੇ ਵੱਲੋਂ ਦਿੱਤਾ ਗਿਆ ਧਰਨਾ, ਨਾਲ ਸੰਯੋਗ ਜਥੇਬੰਦੀਆਂ ਨੇ ਵੀ ਦਿੱਤਾ ਜੀ। ਅਤੇ ਚੱਕਰ ਜੀ, ਅੱਜ ਜਿਹੜਾ ਅੰਨਾ ਕਾਨੂੰਨ ਹੈ ਨਾ ਇਹ ਦੇਖਦਾ, ਦੇਖੋ ਜੀ, ਮਾਤਾ 70 ਸਾਲ ਦੀ ਬਜ਼ੁਰਗ ਆ, ਉਹਨਾਂ ਦੇ ਕਕਾਰ ਵੀ ਲਾ ਦੇ, ਠੀਕ ਤਾਂ ਉਹਨੂੰ ਨੰਗਣ ਕਰ ਦਿੱਤਾ, ਐਸੀ ਹਾਲ ਦੇ ਨਾਲ ਪੁੱਟਿਆ ਗਿਆ। ਪਰ ਜਿਹੜਾ ਪ੍ਰਸ਼ਾਸਨ ਆ, ਇਹਨਾਂ ਨੇ ਪਤਾ ਨਹੀਂ ਤਾਂ ਉੱਧਰੋਂ ਪੈਸੇ ਲਏ ਹੋਏ ਆ ਜਾਂ ਸਿਆਸਤ ਕੋਈ ਦਬਾਅ ਥੱਲੇ ਆ, ਫਿਰ ਤਾਂ ਕੋਈ ਕਾਰਵਾਈ ਨਹੀਂ ਕਰ ਰਿਹਾ। ਉਹਦੀ ਅੱਗੋਂ ਇਹਨਾਂ ਨੂੰ ਧੱਕੇ ਮਾਰ ਮਾਰ ਕੇ ਇੱਥੋਂ ਤੋਰਦਾ ਰਿਹਾ, ਅੱਜ ਧਰਨਾ ਲਾਇਆ। ਫਿਰ ਕੋਮਾ ਕੌਮਾੜੀ ਨੂੰ ਲੱਗਦਾ ਵੀ ਸ਼ਾਇਦ ਹਿਲਜੁਲ ਹੋ ਜਾਵੇ, ਹਜੇ ਤੱਕ ਕੋਈ ਕਿਸੇ ਪੁਲਿਸ ਅਧਿਕਾਰੀ ਵੱਲੋਂ ਤੁਹਾਨੂੰ ਮਿਲਿਆ ਗਿਆ ਜੀ? ਹਾਂਜੀ, ਸਾਡੇ ਅਸੀਂ ਤਾਂ ਨਹੀਂ ਮਿਲ ਕੇ, ਸਾਡੇ ਵੀਰ ਜੀ ਮਿਲ ਕੇ ਆਏ ਆ, ਰੁਪਿੰਦਰ ਸਿੰਘ ਜੀ ਹੋਰ ਮਿਲ ਕੇ ਆਏ। ਉਹ ਧਾਰਾ ਲਵਾਇਆ ਆ 295A ਜਿਹੜੀ ਕਕਾਰਾਂ 'ਤੇ ਲੱਗਦੀ ਧਾਰਾ ਜੀ। ਅਤੇ ਤੁਹਾਡੀ ਕੀ ਮੰਗ ਆ ਜੀ ਹੁਣ? ਸਾਡੀ ਇਹੀ ਮੰਗ ਆ ਜੀ, ਜਿਹੜੇ ਦੋਸ਼ੀ ਆ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ, ਜੇ ਨਹੀਂ ਕੀਤੇ ਜਾਂਦੇ। ਇਹ ਕਹਿੰਦੇ ਜੀ ਦੋਸ਼ੀ ਫਰਾਰ ਆ, ਵੈਸੇ ਤਾਂ ਕੀਤੀ ਇਹਨਾਂ ਨੇ ਫਰਾਰ ਆ, ਪਹਿਲਾਂ ਤੁਹਾਨੂੰ ਤੋਂ ਪਹਿਲਾਂ ਫੋਨ ਕਰ ਦਿੰਦੇ ਆ, ਜੇ ਨਹੀਂ ਕੀਤੇ ਜਾਂਦੇ। ਦੇਖੋ ਜੀ, ਜਦੋਂ ਸਾਡਾ 78 ਤੋਂ ਲੈ ਕੇ 95 ਤੱਕ ਦੌਰ ਚੱਲਿਆ, ਜੇ ਕਿਸੇ ਖਾੜਕੂ ਸਿੰਘ ਇਨਸਾਫ਼ ਦੀ ਖਾਤਰ ਲੜੇ ਆ, ਜੇ ਉਹ ਨਹੀਂ ਫੜੇ ਗਏ, ਉਹਨਾਂ ਦੀਆਂ ਧੀਆਂ ਭੈਣਾਂ ਨੂੰ ਚੱਕਿਆ ਸੀ, ਇਹ ਨਹੀਂ ਕਹਿੰਦੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਚੱਕਿਆ, ਕਿਉਂਕਿ ਸਾਡੀਆਂ ਸਾਂਝੀਆਂ, ਪਰ ਕਮ ਸੇ ਕਮ ਉਹਨਾਂ ਦੇ ਮਾਲ ਡੰਗਰ ਛੱਡੇ ਗਏ, ਉਹਨਾਂ ਦਾ ਟਰੈਕਟਰ ਵਾਹਨ ਹਰ ਇੱਕ ਚੀਜ਼ ਉਹਨਾਂ ਨੇ ਫੜ ਲਈ, ਪਰ ਇਹਨਾਂ ਦੇ ਕੋਲ ਨਹੀਂ ਫੜੇ ਜਾਂਦੇ। ਜਿਹੜਾ ਵੀ ਉਹਨਾਂ ਦੇ ਘਰੇ ਟਰੈਕਟਰ ਕੋਈ ਸਾਧਨ, ਉਹ ਚੱਕ ਕੇ ਥਾਣੇ 'ਚ ਲਾਏ ਜਾਣ, ਆਪੇ ਫੜੇ ਜਾਣਗੇ, ਆਪੇ ਆਉਣਗੇ, ਪੇਸ਼ ਹੋਣਗੇ। ਇਹਨਾਂ ਦੇ ਰਲ ਮਿਲ ਕੇ ਉਹਨੂੰ ਪਹਿਲਾਂ ਫੋਨ ਕਰਨ ਦੇ ਪਾਸੇ, ਉਹ ਜੋ ਮੁੜ ਕੇ ਖੱਠਣੀਆਂ ਕੰਨਾਂ 'ਤੇ ਕਹਿੰਦੇ ਜੀ ਉਹ ਲੱਭੇ ਨਹੀਂ। ਜੇ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਅੱਜ ਤਾਂ ਫਿਰ ਤੁਹਾਡਾ ਅੱਗੇ ਕੀ ਰਹੇਗਾ? ਵੀਰ ਜੀ, ਸਾਡਾ ਇਹੀ ਜਿੱਥੋਂ ਤੱਕ ਹਾਲੇ ਤੱਕ ਇਹੀ ਆ ਵੀ ਜੇਕਰ ਨਹੀਂ ਕਰਦੇ, ਇਹ ਤੋਂ ਬਾਅਦ ਅਸੀਂ ਜਾਮ ਲਾਵਾਂਗੇ, ਸੜਕ ਜਾਮ ਕਰਾਂਗੇ ਜੀ। ਸੜਕ ਦਾ ਜਾਮ ਜਿੱਥੋਂ ਤੱਕ ਸਾਡੇ ਤੋਂ ਪਹੁੰਚਿਆ ਗਿਆ ਸੀ, ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਕਰਕੇ ਵੱਧ ਤੋਂ ਵੱਧ ਜਥੇਬੰਦੀਆਂ ਨੂੰ ਮਿਲ ਮਿਲ ਕੇ ਪੂਰਾ ਜ਼ੋਰ ਪਾ ਕੇ ਜਿੱਥੋਂ ਤੱਕ ਇਨਸਾਫ਼ ਲਾਵਾਂਗੇ। ਜੇਕਰ ਸਾਨੂੰ ਅੱਜ ਇਹ ਇਨਸਾਫ਼ ਨਹੀਂ ਮਿਲਦਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਉਹ ਸਮਾਂ ਦੂਰ ਨਹੀਂ। ਜਿਸ ਦਿਨ ਉਸ ਦਿਨ ਦੀ ਗੱਲ ਆ, ਧੂਰੀ ਦੇ ਵਿੱਚ 4 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ, ਉਹ ਸਮਾਂ ਦੂਰ ਨਹੀਂ ਜਿਸ ਦਿਨ ਸਾਡੇ ਘਰਾਂ ਦੇ ਵਿੱਚੋਂ ਧੀਆਂ ਭੈਣਾਂ ਨੂੰ ਚੱਕ ਚੱਕ ਕੇ ਇਹਨਾਂ ਨੇ ਬੇਇੱਜ਼ਤ ਨਾ ਕੀਤਾ। ਇਹ ਹਾਲ ਹੋਣਾ, ਇਹ ਇਸ ਵਕਤ ਸਾਨੂੰ ਜਾਗਣਾ ਪਊਗਾ, ਇਹ ਕਾਰਵਾਈ ਦੀ ਇਨਸਾਫ਼ ਲਏ ਬਿਨਾਂ ਨਹੀਂ ਛੱਡਾਂਗੇ ਖੜਾ ਉਹਨਾਂ ਚਿਰ ਇਨਸਾਫ਼ ਲੈ ਕੇ। ਤੁਹਾਡਾ? ਮੈਂ ਦਲਜੀਤ ਸਿੰਘ ਹੈ ਜੀ, ਭੋਲੀਆ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਕਾਲੀ ਦਲ ਮਾਨ। ਅਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਅਪੀਲ ਕੀਤੀ ਜੀ ਕਾਫੀ ਸਮਾਂ ਪਹਿਲਾਂ, ਵੀ ਜੋ ਮਾਣੂਕੇ ਗਿੱਲ ਵਿਖੇ ਬੀਬੀ ਨਾਲ ਕੁੱਟਮਾਰ ਹੋਈ ਹੈ, ਉਹਦੇ ਸਿੱਖ ਧਰਮ ਦੇ ਕਕਾਰਾਂ ਦੀ ਬੇਅਦਬੀ ਹੋਈ ਹੈ, ਔਰ ਉਹਨੂੰ ਕੁੱਟਿਆ ਮਾਰਿਆ ਗਿਆ ਬਹੁਤ ਜ਼ਿਆਦਾ, ਔਰ ਉਹਨੂੰ ਨੰਗਿਆ ਵੀ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਕੋਲ ਪਿੰਡ ਵਾਸੀਆਂ ਨੇ, ਪੰਚਾਇਤ ਨੇ, ਔਰ ਸਾਰੀਆਂ ਜਥੇਬੰਦੀਆਂ ਨੇ, ਜਿੰਨੀਆਂ ਧਾਰਮਿਕ ਜਥੇਬੰਦੀਆਂ, ਰਾਜਸੀ ਜਥੇਬੰਦੀਆਂ, ਉਹਨਾਂ ਨੇ ਬੇਨਤੀ ਕੀਤੀ ਸੀ ਵੀ ਜਿਹੜੀ 295A ਧਾਰਾ ਲੱਗਦੀ ਹੈ ਕਿਸੇ ਵੀ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨੀ, ਉਹਨਾਂ ਨੇ ਹਜੇ ਤੱਕ ਨਹੀਂ ਲਾਈ। ਸਾਨੂੰ ਭਰੋਸਾ ਦਿੱਤਾ ਗਿਆ DSP ਵੱਲੋਂ, ਅੱਜ ਧਰਨਾ ਦਿੱਤਾ ਗਿਆ, ਸਿਰਫ ਪੁਲਿਸ ਦੇ ਗੇਟ ਘੇਰੇ ਆ, ਜੇ ਇਹਨਾਂ ਨੇ ਨਾ ਕੀਤਾ ਤਾਂ ਰੋਡ ਜਾਮ ਕੀਤੇ ਜਾਣਗੇ, ਔਰ ਅੱਗੇ ਤੋਂ ਰੋਡ ਜਾਮ ਇਕੱਲਾ ਨਿਹਾਲ ਸਿੰਘ ਵਾਲੇ ਦਾ ਕੀਤਾ ਜਾਊਗਾ, ਜੇ ਇਹ ਨਾ ਕੀਤਾ ਤਾਂ ਮੋਗੇ ਜ਼ਿਲ੍ਹੇ ਦੇ ਰੋਡ ਜਾਮ ਕੀਤੇ ਜਾਣਗੇ ਸਾਰੇ, ਕਿਉਂਕਿ ਜਿੰਨੀਆਂ ਧਾਰਮਿਕ ਜਥੇਬੰਦੀਆਂ ਉਹ ਸਾਨੂੰ ਸਹਿਯੋਗ ਕਰ ਰਹੀਆਂ, ਸਾਨੂੰ ਦੂਰੋਂ ਦੂਰੋਂ ਫੋਨ ਆ ਰਹੇ ਆ ਧਾਰਮਿਕ ਜਥੇਬੰਦੀਆਂ ਦੇ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਗਾ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਹਜੇ ਅਸੀਂ ਮਸਲਾ ਇਸ ਨੂੰ ਇਹ ਸੋਚ ਰਹੇ ਸੀ ਵੀ ਸਾਡਾ DSP ਸਾਹਮਣੇ ਸਾਨੂੰ ਭਰੋਸਾ ਦਿੱਤਾ, ਉਹ ਸਾਡਾ ਨਿਬੇੜ ਰਹੇ ਆ, ਅੱਜ ਦਾ ਦਿਨ ਅਸੀਂ ਦੇਖਣਾ। ਇਸ ਤੋਂ ਬਾਅਦ ਸਾਡੇ ਕੱਲ੍ਹ ਤੋਂ ਲੈ ਕੇ ਜਿਹੜਾ ਇਦੋਂ ਜਿਹੜਾ ਵੱਡਾ ਅਸੀਂ ਪ੍ਰੋਗਰਾਮ ਉਲੀਕਣਾ ਆਪਦਾ, ਰੋਡ ਜਾਮ ਕਰਾਂਗੇ, ਜਾਂ ਇੱਥੋਂ ਤੱਕ ਕਿ ਵੀ ਜੇ ਵੀ ਸਾਨੂੰ ਕੋਈ ਅਫਸਰ ਮਿਲ ਗਿਆ, ਅਸੀਂ ਉਹਦੀ ਗੱਡੀ ਨੂੰ ਘੇਰ ਕੇ ਇੱਕ ਥਾਈ ਰੱਖ ਲਿਆ ਕਰਾਂਗੇ, ਉਹ ਅਫਸਰ ਨੂੰ ਅਸੀਂ ਕਿਤੇ ਤੁਰਨ ਨਹੀਂ ਦੇਣਾ, ਡਿਊਟੀ 'ਤੇ ਨਹੀਂ ਜਾਣਾ। ਇਹ ਸਾਡੀ
ਜਿੰਨੇ ਵੀ ਸਾਡੇ ਬੀਬੀਆਂ ਵੀ ਅੱਜ ਤੁਸੀਂ ਦੇਖਦੇ ਆ ਗਰਮੀ 'ਚ ਬੈਠੀਆਂ, ਔਰ ਸਾਡੇ ਨੌਜਵਾਨ ਵੀਰ ਆ ਜਿਹੜੇ ਸਾਡੇ ਨਾਲ ਕੇ ਜਦੋਂ ਉਹਨਾਂ ਨੂੰ ਕਹਾਣੀ ਦੱਸੀ ਤਾਂ ਬੜਾ ਦੁੱਖ ਮਨਾਉਂਦੇ ਆ, ਅਤੇ ਇਹੀ ਸਾਡਾ ਸੰਘਰਸ਼ ਹੈ ਔਰ ਸਾਡੀ ਅਪੀਲ ਵੀ ਹੈ। ਜੇ ਸਾਡਾ ਇਹ ਕੰਮ ਹੋ ਗਿਆ ਤਾਂ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਧੁੱਪੇ ਬੈਠੇ ਕੇ ਅਸੀਂ ਧਰਨਾ ਦੇ, ਸਾਨੂੰ ਪ੍ਰਸ਼ਾਸਨ ਨੇ ਜਿੰਨਾ ਕੁ ਭਰੋਸਾ ਦਿੱਤਾ ਉਹ ਸਾਡੇ ਭਰੋਸੇ ਦੇ ਪੂਰੇ ਉੱਤਰੇ ਤਾਂ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਨਹੀਂ ਅੱਗੇ ਤੋਂ ਅਸੀਂ ਜਿਹੜਾ ਤਿੱਖਾ ਸੰਘਰਸ਼ ਆ ਉਹ ਕੱਢਾਂਗੇ। ਇਹ ਜੋ ਬੜੀ ਦੁਖਦਾਈ ਘਟਨਾ ਵਾਪਰੀ ਆ, ਪਤਾ ਨੀ ਸਾਡੇ ਭਾਰਤ ਦੇ ਹਾਲਾਤ ਕਿੱਦਾਂ ਦੇ ਹੁੰਦੇ ਜਾ ਰਹੇ ਨੇ। ਕਦੇ ਕਹਿੰਦੇ ਨੇ ਦਿੱਲੀ ਦੇ ਵਿੱਚ ਇੱਕ ਸਿੱਖ ਨੇ ਕਿਰਪਾਨ ਦਿਖਾਈ ਤਾਂ ਉਹਨੂੰ ਕੁੱਟਿਆ ਜਾ ਰਿਹਾ, ਹੁਣ ਦੂਜੇ ਪਾਸੇ ਇਸ ਮਾਤਾ ਜੀ ਨੇ ਕਿਹੜੀ ਕਿਸੇ ਨੂੰ ਕਿਰਪਾਨ ਦਿਖਾਈ ਸੀ, ਇੱਕ ਮਾਂ ਦੇ ਸਮਾਨ। ਦੇਖੋ ਇੱਥੋਂ ਤੱਕ ਨੀਚ ਹਰਕਤ ਕੀਤੀ ਗਈ ਹੈ ਕਿ ਵਸਤਰ ਉਤਾਰ ਕੇ ਕਕਾਰ ਲਾ ਕੇ ਕੁੱਟਿਆ ਗਿਆ। ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਆਪ ਸਭ ਇਨਸਾਨੀਅਤ ਨੂੰ ਪਸੰਦ ਇੱਥੇ ਧੁੱਪ ਦੇ ਵਿੱਚ ਬੈਠੀ ਹੋ ਤਾਂ ਜੋ ਮਾਤਾ ਨੂੰ ਇਨਸਾਫ਼ ਮਿਲੇ, ਸਭਨਾਂ ਦਾ ਧੰਨਵਾਦ ਹੈ। ਅਤੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੀ ਹਾਂ ਜਿੱਥੇ ਧਾਰਾਵਾਂ ਲਾਈਆਂ ਨੇ ਉੱਥੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਇੱਕ ਮਾਂ ਦੀ ਇੱਜ਼ਤ ਨੂੰ ਹੱਥ ਪਾਇਆ, ਬੇਇੱਜ਼ਤੀ ਕੀਤੀ ਗਈ ਆ। ਆਪਾਂ ਜਿਵੇਂ ਆਪਣੀ ਮਾਂ ਨੂੰ ਪਿਆਰ ਕਰਦੇ ਹਾਂ, ਜਿਹੜੇ ਵੀਰ ਵੀ ਪ੍ਰਸ਼ਾਸਨ ਵਿੱਚ ਪੁਲਿਸ ਦੇ ਵਿੱਚ ਭਰਤੀ ਨੇ, ਇਸ ਥਾਣੇ ਦੇ ਵਿੱਚ ਬੈਠੇ ਨੇ, ਉਹ ਆਪਣੇ ਤੇ ਮਹਿਸੂਸ ਕਰਕੇ ਵੇਖਣ ਤੇ ਆਪਣੇ ਫਰਜ਼ ਨੂੰ ਪਹਿਚਾਣਦੇ ਹੋਏ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ। ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਅੱਜ ਇੱਕ ਧਰਨਾ ਦਿਆ ਗਿਆ ਥਾਣੇ ਕੇ ਬਾਹਰ, ਥਾਣੇ ਕਾ ਗੇਟ ਬੰਦ ਕਰ ਦਿਆ ਗਿਆ, ਕਿਆ ਕਾਰਨ ਹੈ ਸਰ ਉਸਕਾ? ਉਸਮੇ ਇਨਕੋ ਮਨ ਮੇ ਰੋਸ਼ ਹੈ ਕਿ ਪੁਲਿਸ ਨੇ ਠੀਕ ਕਾਰਵਾਈ ਨਹੀਂ ਕੀ, ਪਰ ਪੁਲਿਸ ਨੇ ਪਰਚਾ ਵੀ ਟਾਈਮ ਸੇ ਰਜਿਸਟਰ ਕੀਆ, ਤਿੰਨ ਦੋਸ਼ੀ ਵੀ ਗ੍ਰਿਫਤਾਰ ਕੀਏ। ਅਬ ਵੀ ਮੈਨੇ ਪੁਲਿਸ ਪਾਰਟੀਆਂ ਸਵੇਰੇ ਵੀ ਮਨਾਈਆਂ, ਉਹ ਭੇਜੀ ਹੈ ਦੋਸ਼ੀ ਗ੍ਰਿਫਤਾਰ ਕਰਨੇ ਕੇ ਲੀਏ। ਹਮਾਰੀ ਤਰਫ ਸੇ ਪੂਰੀ ਜ਼ੋਰਦਾਰ ਕਾਰਵਾਈ ਕੀ ਜਾ ਰਹੀ ਹੈ। ਸਰ ਇਨਕੀ ਮਾਂਗ ਕਿਆ ਹੈ, ਕਿਸ ਕਾਰਨ ਇਹ ਧਰਨਾ ਦੇ ਰਹੇ? ਪਹਿਲੇ ਵੀ ਦੋ ਵਾਰ ਦੇ ਚੁੱਕੇ ਹਾਂ ਸਰ, ਇਹ ਦੋ ਵਾਰੀ ਕੇ ਬਾਰੇ ਮੈਨੂੰ ਪਤਾ ਨਹੀਂ। ਆਜ ਜੋ ਆਏ ਹੈ ਉਸਮੇ ਸੰਬੰਧ ਮੈਂ ਇਹ ਕਹਤੇ ਹੈ ਕਿ ਕੋਈ ਸੈਕਸ਼ਨ ਲਗਾਨੀ ਹੈ, ਉਸ ਸੈਕਸ਼ਨ ਸੰਬੰਧੀ ਵਿਚਾਰ ਕਰਕੇ ਅਗਰ ਬਣਤੀ ਹੈ ਤਾਂ ਲਗਾ ਦੇਣੀ ਚਾਹੀਦੀ। ਗੁਰੂ ਪਿਆਰਿਓ, ਅਜਿਹੀ ਦਰਿੰਦਗੀ ਕਰਨ ਵਾਲਿਆਂ ਨੂੰ ਸਰੇਆਮ ਗੋਲੀ ਮਾਰ ਦੇਣੀ ਚਾਹੀਦੀ ਹੈ, ਜੋ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਨੇ, ਜੋ ਮਾਵਾਂ ਨੂੰ ਬੇਪੱਤ ਕਰਦੇ ਨੇ, ਜੋ ਰੱਬ ਦਾ ਪੂਰਾ ਡਰ ਨਹੀਂ ਸਮਝਦੇ, ਜੋ ਰੱਬ ਦਾ ਪੂਰਾ ਭੈ ਨਹੀਂ ਸਮਝਦੇ, ਕਿਸੇ ਨੂੰ ਨਗਨ ਕਰ ਕਕਾਰ ਤੱਕ ਲਾ ਅਗਨ ਭੇਟ ਕਰ ਦਿੰਦੇ ਨੇ, ਸਾੜ ਦਿੰਦੇ ਨੇ, ਅਜਿਹੇ ਦਰਿੰਦਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਦਰਿੰਦਿਆਂ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ, ਤਾਂ ਜੋ ਸਿੱਖ ਕੌਮ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਬਲੁੰਦਰੀਆਂ ਜਾਂਦੀਆਂ ਨੇ ਆਏ ਦਿਨ, ਉਹਨਾਂ ਨੂੰ ਕੁਝ ਸਕੂਨ ਮਿਲ ਸਕੇ, ਮਾਤਾ ਨੂੰ ਇਨਸਾਫ ਮਿਲ ਸਕੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।